ਕੌਣ ਜਿੱਤੂਗਾ? ਹੈ ਓਏ, ਤੈਨੂੰ ਕਿਤੇ ਬੁਕੀਏ ਨੇ ਤਾਂ ਨਹੀਂ ਘੱਲਿਆ ਕਿ ਕਨਫਰਮ ਕਰਵਾ ਕੇ ਆ ਕੌਣ ਜਿੱਤੂਗਾ? ਇਮਰਾਨ ਖਾਨ 50-60 ਸਾਲ ਦਾ ਇੱਕ ਜੋਸ਼ੀਲਾ ਨੌਜਵਾਨ, ਗਰਮੀਆਂ 'ਚ ਮੋਟਾ ਸਵੈਟਰ ਪਾ ਕੇ ਛੱਕੇ ਮਾਰਨ ਵਾਲਾ ਪਲੇਅਰ, 15 ਸਾਲ ਧੁੱਪੇ ਖੇਡ ਕੇ ਵੀ ਰੰਗ ਕਾਲਾ ਨਹੀਂ ਹੋਇਆ, ਉਸ ਦੌਰ ਦਾ ਫਾਸਟ ਬੋਲਰ, ਜਦੋਂ 10 ਤੋਂ ਵੱਡਾ ਨੋਟ ਹੀ ਨਹੀਂ ਸੀ ਹੁੰਦਾ। ਇਸ ਜਵਾਨ ਨੇ 1992 ਦੇ ਵਿੱਚ ਇੱਕ ਸ਼ੀਸ਼ੇ ਦੇ ਮਰਤਬਾਨ ਵਾਸਤੇ ਇੰਨੀ ਕੁ ਮਿਹਨਤ ਕਰ ਛੱਡੀ ਜਿਹੜੀ ਭੁੱਲੀ ਨਹੀਂ ਜਾ ਸਕਦੀ। ਉਹਦੀ ਗੇਂਦ ਖੇਡਣ ਵਾਲਿਆਂ ਨੂੰ ਏਦਾਂ ਹੀ ਮਹਿਸੂਸ ਹੁੰਦਾ ਸੀ ਕਿ ਜਿਵੇਂ ਅੱਗੇ ਮਿਜ਼ਾਇਲ ਆ ਗਿਆ। ਇਮਰਾਨ ਭਾਈ ਕੋ ਇੱਕ 60-70 ਰੁਪਏ ਵਾਲਾ ਬੈਟ ਹੁੰਦਾ ਸੀ, ਜਿਹਦੇ ਉੱਤੇ 150-200 ਰੁਪਏ ਦੇ ਸ਼ੀਸ਼ੇ ਦੇ ਨਾਲ ਪਰਾਂਦੇ ਲਾਏ ਹੁੰਦੇ ਸੀ। ਉਹਦੇ ਨਾਲ ਸਿਰਫ ਪ੍ਰੈਕਟਿਸ ਕਰਦੇ ਹੁੰਦੇ ਸੀ। ਬਾਲਿੰਗ ਨੂੰ ਤਾਂ ਇੰਨਾ ਸਮਝਦੇ ਸੀ ਕਿ ਬਾਲ ਕਰਾਉਣ ਤੋਂ ਪਹਿਲਾਂ ਗੇਂਦ ਨੂੰ ਇੰਨਾ ਕੁ ਰਗੜਨਾ ਕਿ ਗੇਂਦ ਦੇ 20 ਬਾਹਰ ਆ ਜਾਂਦੇ ਹੁੰਦੇ ਸੀ। ਇਮਰਾਨ ਖਾਨ ਭਾਈ ਸਭ ਦੇ ਦਿਲਾਂ ਤੇ ਰਾਜ ਕਰਨ ਵਾਲੇ ਬੈਟਸਮੈਨ ਸਨ। ਮੈਨੂੰ ਤੇ ਮੇਰੀ ਟੀਮ ਨੂੰ ਇਮਰਾਨ ਖਾਨ ਭਾਈ ਤੋਂ ਬਹੁਤ ਅੱਛੀ ਮਾਲੂਮਾਤ ਮਿਲੀਆਂ। ਕਦੀ ਉਹਨਾਂ ਨੇ ਗੇਂਦ ਮਾਰ ਕੇ ਗੀਟਾ ਤੋੜ ਦੇਣਾ, ਕਦੀ ਆਲੂ ਪਾ ਦੇਣਾ, ਕਦੀ ਪਸਲੀਆਂ ਭਾਂਜਣੀਆਂ। ਮੈਂ ਤੇ ਉਹਨਾਂ ਦਾ ਮਸ਼ਕੂਰ ਹੀ ਬਹੁਤ ਹਾਂ ਕਿ ਉਹਨਾਂ ਦੀ ਵਜ੍ਹਾ ਤੋਂ ਮੇਰੇ ਡਾਕਟਰਾਂ ਨਾਲ ਬੜੇ ਤਲਕਾਤ ਬਣ ਗਏ ਨੇ।